ਬਹੁਤ ਬੜੀ ਅਪਾਰ ਕਿਰਪਾ ਹੋਈ ਹੈ ਅਤੇ ਬਹੁਤ ਹੀ ਮੈਂ ਆਪਣੇ ਆਪ ਨੂੰ ਭਾਗੀਸ਼ਾਲਾ ਸਮਝਦਾ, ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪਣੇ ਵਿਵਹਾਰਕ ਚਰਨ ਪਏ, ਜਿੱਥੇ ਉਹਨੇ ਕਰ ਕਮਲਾਂ ਦੇ ਨਾਲ ਔਰ ਹਰ ਬਾਇਆ ਉਸ ਮਿੱਟੀ ਦੇ ਵਿੱਚ ਉਹਨਾਂ ਨੇ ਕਿਰਤ ਕਰਨ ਦਾ ਜਿਹੜਾ ਸੰਦੇਸ਼ ਸੀ ਸਾਰੇ ਸੰਸਾਰ ਨੂੰ ਦਿੱਤਾ। ਅਤੇ ਮੈਂ ਉਸ ਪਾਵਨ ਧਰਤੀ ਦੀ ਮਿੱਟੀ ਆਪਣੇ ਮਸਤਕ ਲਾ ਕੇ ਆਪਣੇ ਆਪ ਨੂੰ ਬਹੁਤ ਹੀ ਭਾਗਾਸ਼ਾਲੀ ਸਮਝਦਾ ਔਰ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਿਆ ਕਿ ਜਿੱਥੇ ਪਾਕਿਸਤਾਨ ਸਰਕਾਰ ਨੇ, ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉੱਥੋਂ ਦੀ ਸਾਰੀ ਸਰਕਾਰ ਨੇ, ਔਰ ਜਿਹੜਾ ਬੜਾ ਲੰਮਾ ਸਮੇਂ ਤੋਂ ਸਾਰੇ ਸਿੱਖ ਜਗਤ ਦੀ ਮਨ ਦੀ ਭਾਵਨਾ ਸੀ, ਹਮੇਸ਼ਾ ਨਾਨਕ ਨਾਮ ਲੇਵਾ ਇਹ ਅਰਦਾਸ ਕਰਦੇ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 18 ਸਾਲ ਤੋਂ ਵੱਧ ਸਮਾਂ ਆਪਣੇ ਆਖਰੀ ਜੀਵਨ ਦਾ ਉਹਨਾਂ ਨੇ ਗੁਜ਼ਾਰਿਆ ਔਰ ਹਰ ਇੱਕ ਦੀ ਮਨ ਦੀ ਇਹ ਇੱਛਾ ਹੁੰਦੀ ਸੀ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਅਸੀਂ ਕਰ ਸਕੀਏ। ਮੈਂ ਸਮਝਦਾ ਸਤਿਗੁਰੂ ਨਾਨਕ ਸਾਹਿਬ ਦੀ ਬੜੀ ਵੱਡੀ ਅਪਾਰ ਕਿਰਪਾ ਹੋਈ ਹੈ ਕਿ ਦੋਨੇ ਸਰਕਾਰਾਂ ਨੇ ਫੈਸਲਾ ਕੀਤਾ, ਭਾਰਤ ਸਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੇ 26 ਤਰੀਕ ਨੂੰ ਉਹਨਾਂ ਨੇ ਨੀਂਹ ਪੱਥਰ ਰੱਖਿਆ, ਇਸੇ ਤਰ੍ਹਾਂ ਪਾਕਿਸਤਾਨ ਵੱਲੋਂ 28 ਤਰੀਕ ਨੂੰ ਔਰ ਉੱਥੇ ਨੀਂਹ ਪੱਥਰ ਰੱਖਿਆ ਗਿਆ। ਮੈਂ ਸਮਝਦਾ ਕਿ ਸਤਿਗੁਰੂ ਕਿਰਪਾ ਕਰਕੇ ਜਲਦੀ ਇਹ ਜਿਹੜਾ ਹੈ ਕੋਰੀਡੋਰ ਉਹ ਲਾਂਘਾ ਜਿਹੜਾ ਹੈ ਉਹ ਮੁਕੰਮਲ ਹੋ ਕੇ ਸਾਰੀਆਂ ਸਿੱਖ ਸੰਗਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਜਿਹੜੇ ਨੇ ਉਸ ਪਾਵਨ ਧਰਤੀ ਉਸ ਸਥਾਨ ਦੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਹਾਣ ਸਥਾਨ ਦੇ ਉੱਤੇ ਕਰ ਸਕਣਗੇ। ਤੁਸੀਂ ਉੱਥੇ ਸੰਗਤਾਂ ਨੂੰ ਵੀ ਮਿਲੇ, ਸੰਗਤਾਂ 'ਚ ਕਿੰਨਾ ਉਤਸ਼ਾਹ ਵੇਖਣ? ਮੈਂ ਸਮਝਦਾ ਕਿ ਸੰਗਤਾਂ ਦੇ ਬਹੁਤ ਵੱਡੀ ਖੁਸ਼ੀ ਸੀ, ਜਿਹਦੇ ਵੀ ਚਿਹਰੇ ਵੱਲ ਦੇਖਦੇ ਸੀ ਸਾਰੀਆਂ ਸੰਗਤਾਂ ਦੀ ਖੁਸ਼ੀ ਸੀ, ਭਾਵੇਂ ਉਹ ਸਿੱਖ ਸਨ, ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ, ਕੋਈ ਵੀ ਸਨ, ਸਾਰਿਆਂ ਦੇ ਚਿਹਰਿਆਂ ਦੇ ਉੱਤੇ ਬਹੁਤ ਹੀ ਮੈਂ ਸਮਝਦਾ ਇੰਨੀ ਖੁਸ਼ੀ ਸੀ ਕਿ ਉਹ ਸਮਾਏ ਨਹੀਂ ਜਾਂਦੇ ਸੀ ਕਿ ਇਹ ਬਹੁਤ ਵੱਡਾ ਜਿਹੜਾ ਕਾਜ ਸੀ, ਬਹੁਤ ਵੱਡਾ ਇਤਿਹਾਸਕ ਪਲ ਸੀ ਉਹ ਜਦੋਂ ਅਸੀਂ ਉੱਥੇ ਗਏ ਔਰ ਉਸ ਜਿਹੜੇ ਪਲ ਨੂੰ ਸਾਰਿਆਂ ਨੇ ਉਸ ਪਲ ਨੇ ਗੁਜ਼ਾਰਿਆ। ਅਤੇ ਮੈਂ ਸਮਝਦਾ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਅਸੀਂ ਉਹਨਾਂ ਦੇ ਚਿਹਰਿਆਂ ਤੋਂ ਪਟਕ ਰਹੀ ਸੀ। ਦੇਖੋ ਗੱਲ, ਅਸੀਂ ਪਾਕਿਸਤਾਨ ਸਰਕਾਰ ਨੇ ਸਾਨੂੰ ਸੱਦਾ ਦਿੱਤਾ ਸੀ ਔਰ ਅਸੀਂ ਇਮਰਾਨ ਖਾਨ ਦੇ ਸੱਦੇ 'ਤੇ ਉੱਥੇ ਗਏ ਸੀ ਔਰ ਜਿੱਥੇ ਉਹਨਾਂ ਨੂੰ ਸਾਨੂੰ ਬਿਠਾਇਆ, ਸੀਟ ਅਲੋਟ ਕੀਤੀ, ਉੱਥੇ ਜਾ ਕੇ ਬੈਠ ਗਏ। ਔਰ ਮੈਨੂੰ ਨਹੀਂ ਪਤਾ ਮੇਰੇ ਨਾਲ ਕੌਣ ਬੈਠਾ, ਮੈਂ ਕਿਸੇ ਨੂੰ ਜਾਣਦਾ ਨਹੀਂ ਉੱਥੋਂ ਦੇ, ਨਾ ਕਿਸੇ ਨੂੰ ਪਛਾਣਦਾ ਕੌਣ ਸੀ ਕੌਣ ਨਹੀਂ, ਕਿਉਂਕਿ ਸਾਡੀ ਇੱਕੋ ਹੀ ਇੱਛਾ ਸੀ ਕਿ ਅਸੀਂ ਉਸ ਸਮਾਗਮ ਦੇ ਵਿੱਚ ਜਿਹੜਾ ਸੀ ਸ਼ਾਮਿਲ ਹੋਣ ਵਾਸਤੇ ਗਏ ਸੀ। ਸਿਰਫ ਤਾਰਾ ਸਿੰਘ ਜਿਹੜੇ ਪ੍ਰਧਾਨ ਸੀ ਉਹ ਮੈਨੂੰ ਜ਼ਰੂਰ ਮਿਲੇ ਸੀ ਤੇ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਨੇ ਸਾਡੀਆਂ। ਦੇਖੋ ਅਸੀਂ ਕਾਫੀ ਉੱਥੋਂ ਦੇ ਜਿਹੜੇ ਪ੍ਰਧਾਨ ਦੇ ਨਾਲ ਹੀ ਸਾਡੀ ਮੀਟਿੰਗ ਹੋਈ ਹੈ। ਕੱਲ੍ਹ ਅਸੀਂ ਜਿਹੜਾ ਕਾਫ ਬੋਰਡ ਜਿਹੜਾ ਨਾ ਬਣਿਆ ਹੋਇਆ ਉਹ ਲਾਹੌਰ ਦੇ ਵਿੱਚ, ਉੱਥੇ ਅਸੀਂ ਮੀਟਿੰਗ ਕੀਤੀ, ਜਿਸ ਮੀਟਿੰਗ ਦੇ ਵਿੱਚ ਸਰਦਾਰ ਤਾਰਾ ਸਿੰਘ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਸਰਦਾਰ ਬਿਸ਼ਨ ਸਿੰਘ ਜੀ ਜੋ ਸਾਬਕਾ ਪ੍ਰਧਾਨ ਔਰ ਕਾਫ ਬੋਰਡ ਦੇ ਜਿਹੜੇ ਸੈਕਟਰੀ ਸਨ ਤਾਰਿਕ ਵਜੀਦ ਖਾਂ,
ਔਰ ਉਹ ਵੀ ਉੱਥੇ ਸ਼ਾਮਿਲ ਸੀ। ਉਹਨਾਂ ਦੇ ਦਫ਼ਤਰ ਵਿੱਚ ਸਾਰੀ ਸਾਡੀ ਬੜੀ ਡਿਟੇਲ ਦੇ ਨਾਲ ਮੀਟਿੰਗ ਜਿਹੜੀ ਹੋਈ ਹੈ, ਉੱਥੋਂ ਦੇ ਗੁਰਦੁਆਰਿਆਂ ਬਾਰੇ ਵੀ ਡਿਟੇਲ 'ਚ ਗੱਲ ਕੀਤੀ ਗਈ ਹੈ, ਔਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਵੀ ਸਾਰੇ ਵਿਸਥਾਰ ਦੇ ਵਿੱਚ ਸਾਰੀਆਂ ਉੱਥੇ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਮਨਾਇਆ ਜਾਵੇ, ਕਿਉਂਕਿ 3 ਮਹੀਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਲਗਾਤਾਰ 3 ਮਹੀਨੇ ਅਗਲੇ ਸਾਲ ਜਦੋਂ ਪ੍ਰਗਟ ਗੁਰਪੁਰਬ ਹੋਵੇਗਾ, ਔਰ ਉੱਥੇ ਲਗਾਤਾਰ 3 ਮਹੀਨੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਚੱਲਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਉੱਥੇ ਜਿੰਨੇ ਵੀ ਉਹ ਸੇਵਾ ਲਾਉਣਗੇ, ਉਹ ਟੈਂਟ ਸਿਟੀ ਬਣਾਈ ਜਾਊ, ਔਰ ਉੱਥੇ ਰਾਗੀ ਸਿੰਘ ਭੇਜੇ ਜਾਣਗੇ, ਢਾਡੀ ਸਿੰਘ ਭੇਜੇ ਜਾਣਗੇ, ਕਥਾ ਵਾਲੇ, ਕੀਰਤਨੀ, ਜਿੰਨੇ ਵੀ ਉਹਨਾਂ ਦੀ ਡਿਮਾਂਡ ਹੋਏਗੀ ਉਹ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਾਰਿਆਂ ਦਾ ਇੰਤਜ਼ਾਮ ਕੀਤਾ ਜਾਏਗਾ। ਸ਼ਰਾਬ ਲਾਉਣ ਦੀ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਰਕਾਰ ਨੂੰ ਇਹ ਕਿਹਾ ਗਿਆ ਕਿ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਕਿ ਅਸੀਂ ਇੱਥੇ ਸ਼ਰਾਬ ਪੱਕੇ ਤੌਰ ਤੇ ਬਣਾਉਣੀ ਚਾਹੁੰਦੇ ਹਾਂ? ਬਿਲਕੁਲ, ਅਸੀਂ ਉੱਥੇ ਸਰਕਾਰ ਨੂੰ ਵੀ ਇਹ ਗੱਲ ਕੀਤੀ ਹੈ, ਸ੍ਰੀ ਕਰਤਾਰਪੁਰ ਸਾਹਿਬ ਵੀ ਜੋ ਭਾਵੇਂ ਉਹ ਰਹਿਣ ਦੇ ਲਈ ਯਾਤਰੂਆਂ ਦੇ ਸ਼ਰਾਬ ਬਣਾਉਣ ਦੀ ਗੱਲ ਹੈ, ਉੱਥੇ ਲੰਗਰ ਦੀ ਕੋਈ ਵਿਵਸਥਾ ਕਰਨੀ ਹੋਵੇ ਜਾਂ ਯਾਤਰੂ ਦੀ ਕੋਈ ਹੋਰ ਸਹੂਲਤ ਦੇ ਵਾਸਤੇ ਰਾਗੀ ਸਿੰਘ ਜਾਂ ਉੱਥੋਂ ਗ੍ਰੰਥੀ ਸਿੰਘ ਜਿਸ ਤਰ੍ਹਾਂ ਦੀ ਵੀ ਲੋੜ ਹੈ, ਅਸੀਂ ਜਿਹੜੀ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਨੇ, ਉੱਥੇ ਸਰਕਾਰ ਨੂੰ ਵੀ ਕਿਹਾ ਕਿ ਜੋ ਵੀ ਸਾਨੂੰ ਲੋੜ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਬਿਲਕੁਲ ਕਹਾਂਗੇ ਜੀ, ਦੇਖੋ ਇੱਥੋਂ ਦੀ ਸਰਕਾਰ ਨੂੰ ਵੀ ਕਹਾਂਗੇ, ਉਹਨਾਂ ਨੂੰ ਵੀ ਨਕਸ਼ੇ ਵਗੈਰਾ ਤਿਆਰ ਕਰ ਲਏ, ਇਹਨਾਂ ਨੂੰ ਵੀ ਕਹਿੰਦੇ ਜਲਦੀ ਤੋਂ ਜਲਦੀ ਨਕਸ਼ੇ ਤਿਆਰ ਕਰਕੇ ਔਰ ਉਹ ਕੋਰੀਡੋਰ ਜਿਹੜਾ ਹੈ ਖੁੱਲਿਆ ਜਾਵੇ, ਔਰ ਇੱਕ ਬਿਲਕੁਲ ਜੋ ਸਾਡੀ ਜ਼ਿੰਮੇਵਾਰੀ ਲਾਉਣਗੇ, ਭਾਵੇਂ ਪੰਥ ਖਾਲਸਾ ਲਾਵੇ, ਸੰਗਤ ਵੱਲੋਂ ਲਾਏ ਜਾਣ, ਭਾਵੇਂ ਸਰਕਾਰਾਂ ਵੱਲੋਂ ਲਾਏ ਜਾਣ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਸੋ ਮੈਂ ਇੱਕ ਹੋਰ ਬੇਨਤੀ ਕਰਨ ਲੱਗਿਆ, ਪ੍ਰਧਾਨ ਜੀ ਕੋਈ ਹੋਰ ਗੁਰਦੁਆਰਾ ਸਾਹਿਬਾਨ ਜਿਹੜੇ ਪਾਕਿਸਤਾਨ ਨੇ ਕਿਹਾ ਜਾਂਦਾ ਕਿ ਉਹਨਾਂ ਦੀ ਹਾਲਤ ਕੁਝ ਠੀਕ ਨਹੀਂ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਉਪਰਾਲੇ ਕੀਤੇ? ਸੋ ਮੈਂ ਅੱਜ ਉੱਥੇ ਇੱਕ ਵਿਜ਼ਿਟ ਕਰਕੇ ਆਇਆ, ਔਰ ਲਾਹੌਰ ਦੇ ਵਿੱਚ ਕੁਝ ਗੁਰਦੁਆਰੇ ਐਸੇ ਨੇ ਔਰ ਜਿਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਵੀ ਖਸਤਾ ਨੇ, ਜਿਨ੍ਹਾਂ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਵੀ ਕੀਤੇ ਗਏ ਨੇ, ਜਿਸ ਤਰ੍ਹਾਂ ਭਾਈ ਮਨੀ ਸਿੰਘ ਸ਼ਹੀਦ ਜਿਨ੍ਹਾਂ ਨੇ ਬੰਦ ਕਟਵਾਇਆ ਸੀ, ਅਸੀਂ ਆਪ ਉਹ ਸ਼ਹਿਰ ਦੇ ਵਿੱਚ ਬੜੀਆਂ ਭੀੜੀਆਂ ਗਲੀਆਂ ਦੇ ਵਿੱਚ ਜਾ ਕੇ ਉਹ ਗੁਰਦੁਆਰਾ ਜਾ ਕੇ ਦੇਖਿਆ, ਔਰ ਉਹਦੀ ਇਮਾਰਤ ਹੈ ਲੇਕਿਨ ਉੱਥੇ ਸਥਾਨਕ ਲੋਕਾਂ ਨੇ ਉਹ 'ਤੇ ਕਬਜ਼ਾ ਕੀਤਾ ਹੋਇਆ, ਅੱਗੇ ਦੁਕਾਨ ਬਣਾਈਆਂ ਹੋਈਆਂ ਨੇ, ਅਤੇ ਉਹ ਵੀ ਗੱਲ ਕੀਤੀ ਹੈ। ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਲਾਈ ਗਈ ਸੀ, ਉਹਨਾਂ ਦਾ ਵੀ ਸਥਾਨ ਵੀ ਹੈ, ਉੱਥੇ ਵੀ ਕੁਝ ਕਬਜ਼ੇ ਹੋਏ ਨੇ। ਸੋ ਸਾਰੀ ਨਿਸ਼ਾਨਦੇਹੀ ਅਸੀਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ 13 ਤਰੀਕ ਨੂੰ ਫਿਰ ਪਾਕਿਸਤਾਨ ਅਸੀਂ ਜਾਣਾ ਹੈਗਾ ਦੁਬਾਰਾ, ਉੱਥੋਂ ਦੀ ਅਗਲੇ ਮਹੀਨੇ ਉੱਥੋਂ ਦੀ ਸਰਕਾਰ ਦੇ ਨਾਲ ਟਾਈਮ ਲੈ ਕੇ ਜਨਵਰੀ ਦੇ ਵਿੱਚ ਉੱਥੋਂ ਦੇ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਦਾ ਗਵਰਨਰ ਔਰ ਅਸੀਂ ਪ੍ਰਾਈਮ ਮਿਨਿਸਟਰ ਨਾਲ ਵੀ ਕੋਸ਼ਿਸ਼ ਕਰਾਂਗੇ ਮਿਲਣ ਦੀ ਕਿ ਉੱਥੇ ਜਾ ਕੇ ਇਹ ਸਾਰੇ ਗੁਰਦੁਆਰੇ ਜਿਹੜੇ ਬਹੁਤ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦੇ ਅੱਜ ਕੁਝ ਲੋਕਾਂ ਨੇ ਸਥਾਨਕ ਕਬਜ਼ੇ ਕੀਤੇ ਹੋਏ ਨੇ, ਉਹ ਵੀ ਖਾਲੀ ਕਰਾਉਣ ਦੀ ਅਸੀਂ ਪੂਰੀ ਕੋਸ਼ਿਸ਼